ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਦੀਪੂ ਸਿੰਗਲਾ ਵਲੋਗ ਤੁਹਾਡਾ ਸਾਰਾ ਸਵਾਗਤ ਹੈ ਅਤੇ ਮੈਂ ਹਾਂ ਤੁਹਾਡਾ ਆਪਣਾ ਦੀਪੂ ਸਿੰਗਲਾ। ਅਤੇ ਅੱਜ ਦੀ ਵੀਡੀਓ 'ਚ ਅਸੀਂ ਤੁਹਾਨੂੰ ਜੋ ਬਾਬਾ ਫਰੀਦ ਜੀ ਦੇ ਆਗਮਨ ਪੁਰਬ 'ਤੇ ਜੋ ਫਰੀਦਕੋਟ ਸ਼ਹਿਰ ਦੇ ਵਿੱਚ ਮੇਲਾ ਲੱਗਦਾ ਹੈ ਉਸ ਦੀ ਵੀਡੀਓ ਦਿਖਾਉਣ ਜਾ ਰਹੇ ਹਾਂ ਜੀ। ਵੀਡੀਓ ਦੇ ਵਿੱਚ ਅੰਤ ਤੱਕ ਜ਼ਰੂਰ ਬਣੇ ਰਹੀਓ ਅਤੇ ਯਾਰਾਂ ਦੋਸਤਾਂ ਤੱਕ ਸ਼ੇਅਰ ਜ਼ਰੂਰ ਕਰ ਦਿਓ। ਜਿਹੜੇ ਹਜੇ ਤੱਕ ਮੇਲੇ 'ਤੇ ਨਹੀਂ ਗਏ ਗਏ ਉਹ ਮੇਲੇ 'ਤੇ ਜ਼ਰੂਰ ਜਾਣ ਜੀ। ਐਤਵਾਰ ਤੱਕ ਦਾ ਇਹ ਮੇਲਾ ਜੀ, 29 ਤਰੀਕ ਤੱਕ ਦਾ। ਅਤੇ ਆਪਦੀ ਭੱਜ ਦੌੜ ਭਰੀ ਜਿਹੜੀ ਜ਼ਿੰਦਗੀ ਹੈ ਜੀ, ਉਹ 'ਚੋਂ ਸਮਾਂ ਕੱਢ ਕੇ ਮੇਲਾ ਜ਼ਰੂਰ ਦੇਖ ਕੇ ਆਓ। ਕਿਤੇ ਨਾ ਕਿਤੇ ਤੁਹਾਨੂੰ ਰਿਲੈਕਸੇਸ਼ਨ ਜ਼ਰੂਰ ਮਿਲੂਗੀ ਅਤੇ ਮਨ ਨੂੰ ਖੁਸ਼ੀ ਵੀ ਮਿਲੂਗੀ ਜੀ। ਅਤੇ ਚੈਨਲ ਨੂੰ ਜਿਨ੍ਹਾਂ ਨੇ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਤਾਂ ਕਰ ਲਓ ਤਾਂ ਜੋ ਨਵੀਆਂ ਅਪਡੇਟਸ ਉਹਨਾਂ ਨੂੰ ਮਿਲਦੀਆਂ ਨੇ। ਧੰਨਵਾਦ ਜੀ। ਇਸ ਮੇਲੇ ਦੇ ਵਿੱਚ ਦੂਰੋਂ ਨੇੜਿਓਂ ਜਿਹੜੇ ਕਲਾਕਾਰ ਸੀ ਉਹ ਆ ਕੇ ਲੋਕਾਂ ਦਾ ਮਨ ਪਰਚਾਵਾ ਕਰ ਰਹੇ ਸੀਗੇ। ਜਗ੍ਹਾ ਜਗ੍ਹਾ ਉੱਤੇ ਖਾਣ ਪੀਣ ਦੀਆਂ ਸਟਾਲਾਂ ਲੱਗੀਆਂ ਹੋਈਆਂ ਸੀ। ਲੋਕਾਂ ਦੇ ਖਰੀਦਣ ਵਾਸਤੇ ਬਹੁਤ ਸਾਰੀਆਂ ਜਿਹੜੀਆਂ ਸਮਾਨ ਲੱਗੇ ਹੋਏ ਸੀ। ਉਹ ਜਿਹੜੇ ਸਮਾਨ ਤੁਹਾਨੂੰ ਖਰੀਦਣ ਵਾਸਤੇ ਦਿੱਲੀ ਬੰਬੇ ਸੂਰਤ ਜਾਣਾ ਪੈਂਦਾ ਜੀ, ਉਹ ਇਸ ਮੇਲੇ ਦੇ ਵਿੱਚ ਲੱਗੇ ਹੋਏ ਸੀ ਸਟਾਲਾਂ। ਅਤੇ ਆਓ ਦੇਖਦੇ ਹਾਂ ਵੀਡੀਓ, ਅਤੇ ਵੀਡੀਓ ਦੇ ਵਿੱਚ ਅੰਤ ਤੱਕ ਜ਼ਰੂਰ ਬਣੇ ਰਹੀਓ ਜੀ। ਧੰਨਵਾਦ। ਇਸ ਵਾਰ ਇਸ ਮੇਲੇ ਦੇ ਵਿੱਚ ਬਹੁਤ ਹੀ ਨਵੇਂ ਅਤੇ ਵੱਖਰੀ ਤਰ੍ਹਾਂ ਦੇ ਝੂਲੇ ਆਏ ਸੀ ਜੋ ਜ਼ਿਆਦਾਤਰ ਅਸੀਂ ਚੰਡੀਗੜ੍ਹ ਲੁਧਿਆਣੇ ਇਸ ਤਰ੍ਹਾਂ ਦੇ ਸ਼ਹਿਰਾਂ 'ਚ ਦੇਖਦੇ ਹਾਂ। ਤਾਂ ਬਹੁਤ ਵਧੀਆ ਸੀ ਇਸ ਮੇਲੇ ਨੂੰ ਝੂਲੇ ਲੈਣ ਤੋਂ ਬਾਅਦ, ਇੰਜੋਏ ਕਰਨ ਤੋਂ ਬਾਅਦ ਜੀ ਅਸੀਂ ਗਏ ਮੌਤ ਦਾ ਕੂਆ ਦੇਖਣ। ਅਤੇ ਆਓ ਉਸਦੀ ਵੀ ਤੁਹਾਨੂੰ ਵੀਡੀਓ ਦਿਖਾਉਂਦੇ ਹਾਂ ਜੀ। All right.
ਇਸ ਤੋਂ ਬਾਅਦ ਗਏ ਜੀ ਅਸੀਂ ਫਿਸ਼ ਟਨਲ ਦੇਖਣ, ਜਿਹੜੀ ਕਿ ਪੂਰੇ ਮੇਲੇ ਦੇ ਵਿੱਚ ਇੱਕ ਖਿੱਚ ਦਾ ਕੇਂਦਰ ਬਣੀ ਰਹੀ ਜੀ। ਅਤੇ ਆਓ ਤੁਹਾਨੂੰ ਉਸਦੀ ਵੀ ਇੱਕ ਵੀਡੀਓ ਦਿਖਾਉਂਦੇ ਹਾਂ। ਇੱਕ ਬਹੁਤ ਵਧੀਆ, ਇੱਕ ਵਾਕਈ ਦੁਬਈ ਅਤੇ ਸਿੰਗਾਪੁਰ ਵਾਲਾ ਹੀ ਇੱਕ ਸੀਨ ਲੱਗ ਰਿਹਾ ਸੀ ਕਿ ਅਸੀਂ ਉੱਥੇ ਹੀ ਇੰਜੋਏ ਕਰ ਰਹੇ ਹਾਂ।